ਫਿਰ ਤੜਕੇ ਤੋਂ ਹੋਰ ਵੀ ਬਰਸਾਤ ਕਾਰਨ ਜਿੱਥੇ ਫਸਲਾਂ ਨੂੰ ਭਾਰੀ ਲਾਭ ਹੋ ਰਿਹਾ ਹੈ, ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਪਾਈ ਜਾ ਰਹੀ ਹੈ, ਪਰ ਠੰਡ ਦਾ ਪ੍ਰਭਾਵ ਪੂਰਾ ਤਰ੍ਹਾਂ ਵੱਧ ਗਿਆ ਹੈ। ਲੋਕਾਂ ਨੂੰ ਘਰੋਂ ਨਿਕਲਣਾ ਬਿਲਕੁਲ ਬੰਦ ਹੋ ਗਿਆ ਹੈ। ਦੇਖੋ ਦੁਕਾਨਾਂ ਹਾਲ ਤੱਕ ਬੰਦ ਪਈਆਂ, ਕੋਈ ਦੁਕਾਨਦਾਰ ਤੇ ਕੋਈ ਵਿਅਕਤੀ ਬਾਜ਼ਾਰ ਵਿੱਚ ਨਜ਼ਰ ਨਹੀਂ ਆ ਰਿਹਾ। ਇਸ ਕਾਰਨ ਹਿਮਾਚਲ ਦੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਦੁਕਾਨੇ ਮੈਨੇਜਰ ਕੁਰਾਲੀ ਦਾ, ਜਿਹਦਾ ਦੇਖੋ ਦੁਕਾਨਾਂ ਬੰਦ ਪਈਆਂ ਹਨ, ਗਾਹਕ ਕੋਈ ਨਜ਼ਰ ਨਹੀਂ ਆ ਰਿਹਾ। ਠੰਡ ਦੇ ਕਾਰਨ ਦੁਕਾਨਦਾਰਾਂ ਘਰੋਂ ਨਿਕਲਣਾ ਬਿਲਕੁਲ ਬੰਦ ਹੋ ਚੁੱਕਿਆ ਹੈ, ਨਾ ਕੋਈ ਗ੍ਰਾਹਕ ਹੈ ਨਾ ਕੁਛ ਹੈ। ਗੜੇ ਮਾਰੀ ਤੇਜ਼ ਹਵਾਵਾਂ ਦੇ ਨਾਲ ਬਰਸਾਤ ਪੈ ਰਹੀ ਹੈ। ਮੈਂ ਜਗਵੰਤ ਟੀਵੀ ਲਈ ਹਰੀਸ਼ ਬਟਲਾ ਕੁਰਾਲੀ।